अपने चैनल करना सबसक्राइब और बेल आइकन का बटन जरूर दबा लेना ताकि आवन वाली नवी तो नवी वीडियो जी भरावान तक आसानी पहुंच सके। वीडियो जी बना लगे वीडियो इस तरह है पिछले साल भी जीडियो वेखी ने भाई नमान दिया इस डेरे तो वीडियो अपलोड होनी रही ने अज फिर जी नमान ने एक वीडियो दी है अज वाली वीडियो जी है ना ये जनाब शौकिया वीडियो शौकीन वीडियो जी है ना ये जिन्हें भी भरा जनाब घोड़िया का और घोड़िया का शौक रखते ने ना ये उन्होंने जनाब वीडियो क्योंकि अज की वीडियो जानवर लगने ने तीन जिन्हें चो एक घोड़ा है और एक घोड़ी है और एक बछेरी जी है ना इन्हें वीडियो के लानी है तो वीडियो जी है ना वेख लैनी है भरावान ने तो इंशाल्लाह उम्मीद करा कि जिते जिते भी भरा बह के वीडियो वेखेंगे ना भाई नमान का माल और मुल जेड़ा ना ये भरावान पसंद आएगा बाकी माल पसंद आए तो अगली गलबात जी है ना वो तुम फिर जानते हो कि नंबर इन्हों का स्क्रीन से लग जाना है राबता करके अपना सौदा जेड़ा जी पेन कर लेना और वीडियो का एड्रेस इंजे कि जिला जेड़ा जी गुजरात है तहसील भी गुजरात है और गुजरात शहर सिटी की जेड़ा है ना ये भाई नमान के जनाब वीडियो महला इन्हों का बेरिया वाला बाकी मजीद किसी भी भरा दूरू आना हो ना नंबर जेड़ा भाई नमान का स्क्रीन से लग जाना है लोकेशन जी है ना वो इन्हें को व्हाट्सएप से मंगा लेनी है अल्लाह पाक रखे हैर ते बिल्ला तक जेड़ा ना वीडियो करने जी शुरू। अस्सलाम वालेकुम जी। जी वालेकुम अस्सलाम की हाल भाई ठीक हो? अल्लाह पाक का शुक्र है भाई नमान तुसी सुनाओ क्या अल्लाह का बड़ा करम है बड़ा एहसान है अपना सुनाओ सारे ठीक ठाक है जी अल्लाह पाक का शुक्र जी फजल है करम है जी ज्यादा लो जी भाई नमान के तीन ने ना जानवर जेड़े लाने जी भाजी बिल्कुल तीन जानवर ने जिवें तफसील तुसी बयान कीती है जी इसे तरह ही है एक घोड़ा ठीक है एक घोड़ी ठीक है एक बछेरी बछेरी है जी किन्ने चिर दी है बछेरी जेड़ा बछेरी भाजी 13 महीनों की हो गई है तुसी लास्ट टाइम जब वीडियो बनाई सी जी बिल्कुल ओदो घोड़ी सुई सी जी बिल्कुल ते ए तुहाडे सामने सुई सी ते तुहाडे सामने बिल्कुल जी बिल्कुल जी चलो मजीद गलबात जेड़ी है ना ओ इंशाल्लाह एक एक ते जाके पूछ लेने हां भाई नमान एक पहले नंबर ते अपना नंबर बोलो जेड़ा स्क्रीन ते लाना जे पहचान 0343-478-1195 ਜਿਹਦੇ ਤੇ WhatsApp ਬਣੇ ਆ WhatsApp ਬਣੇ ਆ ਇਮੋ ਵੀ ਆ ਇਮੋ ਵੀ ਆ ਕਾਲ ਵੀ ਆ ਕਾਲ ਜੀ ਕੀ ਨੰਬਰ ਲਾਣਾ ਇੱਕੋ ਹੀ ਨੰਬਰ ਲੋ ਜੀ ਜਨਾਬ ਦੂਸਰੀ ਰਿਕਵੈਸਟ ਇਹ ਵੇ ਕਿ ਮੁੱਲ ਜਿਹੜਾ ਹੈ ਨਾ ਕਿਉਂਕਿ ਅੱਜ ਵਾਲੀ ਵੀਡੀਓ ਇੱਕ ਬੜੀ ਹੈਲੋ ਜੀ ਜਿਹੜਾ ਹੈ ਨਾ ਇਹ ਵੀਡੀਓ ਬਣੇਗੀ ਕਿਉਂਕਿ ਮਾਲ ਵੀ ਪਸੰਦ ਆਵੇਗਾ ਤੇ ਮੁੱਲ ਜਿਹੜਾ ਹੈ ਨਾ ਇਹ ਪੱਕਾ ਬੇਟਾ ਲਾਣਾ ਜਿਹੜਾ ਭਾਈ ਜਾਨ ਤੁਹਾਨੂੰ ਯਾਦ ਹੋਵੇ ਤਾਂ ਪਿਛਲੀਆਂ ਵੀਡੀਓ ਜੀ ਬਿਲਕੁਲ ਉਹ ਵੀਡੀਓ ਜਿਹੜੇ ਜਿਹੜੇ ਭਰਾ ਇੱਕ ਮਾਲ ਲੈ ਗਏ ਸਨ ਤੇ ਜਿਹੜੇ ਜਿਹੜੇ ਮੈਨੂੰ ਵੇਖ ਰਹੇ ਨੇ ਉਹਨਾਂ ਨੂੰ ਵੀ ਬੜਾ ਚੰਗੇ ਤਰੀਕੇ ਨਾਲ ਮੇਰਾ ਪਤਾ ਦੇ ਜੀ ਬਿਲਕੁਲ ਕਿ ਲਾਸਟ ਟਾਈਮ ਮੈਂ ਉਹਨਾਂ ਕੋਲੋਂ ਜਿਹੜਾ ਮੁੱਲ ਕੀਤਾ ਸੀ ਮੈਨੂੰ ਕਾਫੀ ਜ਼ਿਆਦਾ ਐਸੇ ਬਜ਼ੁਰਗ ਹਜ਼ਰਾਤ ਦੋਸਤ ਅਹਿਬਾਬ ਬਾਹਰ ਫੋਨ ਆਏ ਕਿ ਬਾਈ ਕਿਉਂ ਮੈਂ ਵੇਚਣਾ ਇਸ ਮੁੱਲ ਠੀਕ ਹੈ ਤੇ ਅਗਰ ਜੇ ਤੈਨੂੰ ਕੋਈ ਫਾਈਨੈਂਸ਼ੀਅਲੀ ਇਸ਼ੂ ਹੈ ਜੀ ਬਿਲਕੁਲ ਤੇ ਤੈਨੂੰ ਅਸੀਂ ਪੈਸੇ ਤੋਰ ਛੱਡੀਆਂ ਤੂੰ ਮੱਝਾਂ ਇਸ ਮੁੱਲ ਦੇ ਨਾਲ ਠੀਕ ਹੋ ਗਿਆ ਜਨਾਬ ਇਹ ਉਹਨਾਂ ਦੀ ਮੁਹੱਬਤ ਸੀ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਵਾਂ ਮੈਂ ਅੱਜ ਵੀ ਉਹਨਾਂ ਦੇ ਅਲਫਾਜ਼ ਆਪਣੇ ਦਿਲ ਤੇ ਲਿਖੇ ਨੇ ਵੈਰੀ ਗੁੱਡ ਜੀ ਜਿੰਨਾ ਜਿੰਨਾ ਵੀ ਜਨਾਬ ਨਾਲ ਰਾਬਤਾ ਕੀਤਾ ਹੈ ਨਾ ਉਹ ਅੱਜ ਵੀ ਦਿਲ ਵਿੱਚ ਨੇ ਜਿਹੜਾ ਦਿਲ ਵਿੱਚ ਨੇ ਤੇ ਉਹ ਜਿੱਥੇ ਜਿੱਥੇ ਜਾਨਵਰ ਗਏ ਨੇ ਉਹ ਵੀ ਯਾਦ ਕਰ ਰਹੇ ਜੀ ਠੀਕ ਹੋ ਗਿਆ ਮੁੱਲ ਵੀ ਉਹਨਾਂ ਨਾਲ ਉਹ ਹੀ ਮੰਗਿਆ ਸੀ ਜਿਹੜਾ ਦੇ ਛੱਡਣਾ ਸੀ ਤੇ ਕਿਸੇ ਘਟਾਇਆ ਵੀ ਕੋਈ ਨਹੀਂ ਵੈਰੀ ਗੁੱਡ ਜੀ ਦੇਖੋ ਜੀ ਭਾਈ ਨਮਾਨ ਮੈਂ ਨਾ ਇਹ ਅਕਸਰ ਬਹਿਸ ਇਸੇ ਗੱਲ ਦੀ ਕਰਨਾ ਕਿ ਮੁੱਲ ਪੱਕਾ ਹੋਵੇ ਕੋਈ ਭਰਾ ਬਹਿਸ ਨਹੀਂ ਕਰਨ ਲੱਗਾ ਜੀ ਹਾਂ ਇਹੀ ਗੱਲ ਹੈ ਤੇ ਇਨਸ਼ਾਅੱਲਾ ਤਾਲਾ ਅੱਜ ਜਿਹੜਾ ਮੁੱਲ ਹੋਵੇਗਾ ਨਾ ਠੀਕ ਹੈ ਅੱਜ ਵੀ ਇਨਸ਼ਾਅੱਲਾ ਤਾਲਾ ਪੂਰੇ ਪਾਕਿਸਤਾਨ ਚ ਮਜ਼ਾ ਵੱਖਰਾ ਹੋਵੇਗਾ ਵੱਖਰਾ ਹੀ ਹੋਵੇਗਾ ਭਰਾਵਾਂ ਨੂੰ ਸਵਾਦ ਆਵੇਗਾ ਮੈਂ ਤਾਂ ਕਹਿੰਦਾ ਵੇਖੋ ਮਲਾ ਜਾਨਵਰ ਕਰੀਏ ਵੀਡੀਓ ਚ ਬਿਸਮਿਲਲਾ ਪਹਿਲੇ ਤੇ ਘੋੜਾ ਹੀ ਲਾਣਾ ਹੈ ਨਾ ਜੀ ਬਿਲਕੁਲ ਲੋ ਜੀ ਬਲਾਲ ਬਾਉ ਜਿਹੜਾ ਨਾ ਇੱਕ ਵਾਰੀ ਘੋੜੇ ਦੀ ਤਸੱਲੀ ਜਿਹੜੀ ਹੈ ਨਾ ਇਹ ਭਰਾਵਾਂ ਨੂੰ ਕਰਾਣੀ ਹੈ ਤਾਂ ਕਿ ਵਹਾਣ ਵਿੱਚ ਜਿਹੜਾ ਹੈ ਨਾ ਇਹ ਸ਼ੱਕ ਨਹੀਂ ਛੱਡਣਾ ਲੈਣੇ ਦੇਣੇ ਜਿਹੜਾ ਹੈ ਨਾ ਇਹ ਨਸੀਬ ਨੇ ਭਈ ਨਮਾਨ ਇਹ ਚਾਰ ਕਲਿਆਣੇ ਨਾ ਜੀ ਚਾਰ ਕਲਿਆਣ ਘੋੜਾ ਵੇ ਠੀਕ ਹੈ ਇਹਦੇ ਜਿਓ ਜੀ ਪਿਛਾ ਬਹੁ ਜੀ ਜਿਹੜਾ ਨਾ ਬਿਲਕੁਲ ਆਰਾਮ ਨਾਲ ਟੋਰਨਾ ਜਿਹੜਾ ਨਾ ਬਲਾਲ ਇੱਕ ਵਾਰੀ ਤਕਾਏ ਜਿਹੜਾ ਹੈ ਨਾ ਮੁਕੰਮਲ ਹਾਈਟ ਭਰਾਵਾਂ ਨੇ ਵੇਖਣੀ ਹੈ ਔਰ ਘੋੜੇ ਦੀ ਨਸਲ ਜਿਹੜੀ ਹੈ ਨਾ ਇਹ ਵੀ ਭਰਾਵਾਂ ਨੇ ਵੇਖਣੀ ਹੈ ਭਈ ਨਮਾਨ ਰੰਗ ਕੀ ਹੈ ਘੋੜੇ ਦਾ ਇਹ ਬੋਸਕਾ ਰੰਗ ਜੇ ਬੋਸਕੀ ਬੋਸਕੀ ਰੰਗ ਜੇ ਜੀ ਇਹ ਦੇਖੋ ਕਿੰਨਾ ਸੋਹਣਾ ਸ਼ਾਈਨਿੰਗ ਹੈ ਦੇ ਕਲਰ ਵੇਖੋ ਮਾਸ਼ਾਅੱਲਾ ਬਹੁਤ ਗੋਲਡਨ ਕਲਰ ਹੈ ਜੀ ਬਿਲਕੁਲ ਤੇ ਫਿਰ ਉਹ ਸਨ ਜਿਹੜਾ ਹੈ ਨਾ ਬੜਾ ਕੀ ਬਾਤ ਹੈ ਬਹੁਤ ਸ਼ਾਨਦਾਰ ਹੈ ਤੇ ਅਗੂ ਫਿਰ ਜਿਹੜੀ ਹੈ ਤੇ
ਅਗੋਂ ਕਮਾਲਾਤ ਨੇ ਉਹ ਤੇ ਫਿਰ ਤੁਹਾਨੂੰ ਸਾਰਾ ਬਿਆਨ ਕਰਨੇ ਆ। ਤੁਸੀਂ ਜਾਨਵਰ ਪੇ ਵੇਖਦੇ ਹੋ, ਠੀਕ ਹੈ, ਕੰਨੋ ਦੇ ਵੇਖਦੇ ਪਏ ਐਵੇਂ ਮੁੱਠ ਮੁੱਠ ਕੰਨ ਬਿਲਕੁਲ ਨਿੱਕੇ ਨਿੱਕੇ, ਔਰ ਮਾਸ਼ਾਅੱਲਾ ਖਲੇ ਜਿਹੜਾ ਖਲੇ ਤੇ ਆ ਕਨੌਤੀਆਂ ਸੋਹਣੀਆਂ ਜੀ, ਬਿਲਕੁਲ ਜੀ, ਕਨੌਤੀਆਂ ਵਾਲੇ ਜਿਹੜਾ ਹੈ ਨਾ ਇਹ ਮਾਸ਼ਾਅੱਲਾ ਕੰਨ ਇੱਕ ਇੱਕ ਮੁੱਠ ਜਿਹੜਾ ਹੈ ਨਾ, ਫਿਰ ਘੋੜਾ ਜਿਹੜਾ ਹੈ ਨਾ ਇਹ ਕੋਈ ਨੇਜ਼ੇਬਾਜ਼ੀ ਦੇ ਵੀ ਲੱਗੇ ਆ ਜੀ ਭਾਜੀ? ਨੇਜ਼ੇਬਾਜ਼ੀ ਤੇ ਪਿਛਲੇ ਘਰ ਲੱਗੇ ਆ ਜ਼ਰੂਰ ਸੀ, ਠੀਕ ਹੈ, ਅਸੀਂ ਨੇਜ਼ੇਬਾਜ਼ੀ ਨਹੀਂ ਕਰਾਈ, ਠੀਕ ਹੋ ਗਿਆ ਜਨਾਬ, ਨਾ ਬਿਲਕੁਲ ਗਲਤ ਬਿਆਨੀ ਮੈਂ ਕਰਨੀ ਹੈ ਜੀ, ਠੀਕ ਹੈ, ਉਂਝ ਮੁੜੇ ਦੌੜਾਉਂਦੇ ਨੇ ਤੇ ਭੱਜਦਾ ਨਾ ਭੱਜਦਾ ਤੇ ਮੈਂ ਮਾਸ਼ਾਅੱਲਾ ਇੰਜ ਪਤਾ ਲੱਗੇਗਾ ਇੱਕ ਵਾਰੀ ਕਿਧਰੇ ਭੱਜੇ, ਠੀਕ ਹੋ ਗਿਆ, ਜਿਹੜਾ ਵੀ ਭਰਾ ਲਵੇ ਆ ਕੇ ਪਹਿਲਾਂ ਇੱਕ ਵਾਰੀ ਟਰਾਈ ਲਵੇ, ਟਰਾਈ ਲਵੇਗੇ, ਵੈਰੀ ਗੁੱਡ ਜੀ, ਘੋੜਾ ਭੱਜੇ ਤੇ ਫਿਰ ਲੈ ਕੇ ਜਾਣਾ ਭਾਈ ਨਮਨ, ਇਹ ਬਰੀਡ ਦੇ ਵੀ ਲੱਗੇ ਆ ਘੋੜਾ ਜੀ? ਬਿਲਕੁਲ, ਤੇ ਬਰੀਡ ਦੇ ਉੱਤੇ ਅਸੀਂ ਜਨਾਬ ਬਹੁਤ ਥੋੜਾ ਛੱਡਿਆ ਸੀ, ਠੀਕ ਹੈ, ਕਿਉਂਕਿ ਫਿਰ ਅੱਗੋਂ ਕੁਝ ਬੰਦੇ ਪਸੰਦ ਨਹੀਂ ਵੀ ਕਰਦੇ ਜੀ, ਠੀਕ, ਉਸ ਮਾਰਿਆਂ ਕਰਕੇ ਨਾ ਫਿਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜ਼ਰਾ ਵਾਈਡ ਹੀ ਕਰੀਏ, ਵੈਰੀ ਗੁੱਡ ਜਨਾਬ, ਠੀਕ ਹੋ ਗਿਆ। ਲੋ ਜੀ ਇੱਧਰ ਮੋੜੋ ਤੋਂ ਜਿਹੜਾ ਨਾ ਇੱਕ ਵਾਰੀ ਘੋੜਾ, ਲੋ ਜੀ ਘੋੜਾ ਤੇ ਚਾਰ ਕਲਿਆਣ ਇਹ ਇੱਕ ਨੰਬਰ ਤੇ ਜਨਾਬ ਘੋੜਾ ਕੇ ਇੱਕ ਵਛੇਰੀ ਤੇ ਇੱਕ ਘੋੜੀ ਜਿਹੜੀ ਹੈ ਨਾ ਇਹ ਭਰਾਵਾਂ ਨੂੰ ਤਕਾਣੀਆਂ ਨੇ ਭਾਈ ਨਮਾਨ, ਘੋੜਾ ਮੂੰਹ ਚੁੱਕੇ ਜੇ ਇਹ 6 ਦੰਦ ਹੋ ਗਿਆ ਜੇ, ਠੀਕ ਹੋ ਗਿਆ, ਤੇ ਇਹ ਪੂਰੇ ਮਤਲਬ 5 ਸਾਲ ਤੇ ਕੁਝ ਮਹੀਨਿਆਂ ਦਾ ਹੋ ਗਿਆ ਤੇ ਮੂੰਹ ਚ 6 ਹੈ ਨਾ, ਇਹ ਪਿਛਲੇ ਘਰ ਜਿਹੜਾ ਵੀ ਨਾ ਇਹ ਸਾਡੇ ਕੋਲ ਇਹਦੀ ਪੂਰੀ ਹਿਸਟਰੀ ਮੌਜੂਦ ਹੈ, ਵੈਰੀ ਗੁੱਡ ਜੀ, ਉਹ ਤੁਹਾਡੇ ਕੋਲੇ ਮੌਜੂਦ ਹੈ ਨਾ ਜੀ, ਪੂਰੀ ਹਿਸਟਰੀ ਸਾਡੇ ਕੋਲ ਹੈ, ਸਾਡੇ ਸਾਹਮਣੇ ਪਿਛਲੇ ਘਰ ਦੀ ਪਦਾਇਸ਼ ਹੈ ਸਾਡੇ ਕੋਲ, ਕੋਈ ਤੋੜ ਕਾਲੀ ਨਹੀਂ ਨਾ ਜੀ, ਮਾਸ਼ਾਅੱਲਾ ਜੀ, ਬੜੇ ਸਬਰਾਂ ਦੇ ਵਿੱਚ ਜੀ, ਕੋਈ ਬਰਦਾਸ਼ਤਾਂ ਨਹੀਂ ਹੈ, ਠੀਕ ਹੋ ਗਿਆ ਜੀ, ਇਹਦੇ ਵਿੱਚ ਭੈੜੀਆਂ ਆਤਾਂ ਪੂਰਾ ਸਹੂ ਜਿਹੜਾ ਵੇਖ ਲਓ ਘੋੜੀ ਤੁਹਾਡੇ ਸਾਹਮਣੇ ਵੱਜੀ ਜੀ, ਬਿਲਕੁਲ, ਕੋਈ ਬਰਦਾਸ਼ਤੀ ਨਹੀਂ ਹੈ ਜੀ, ਬਿਲਕੁਲ ਜੀ, ਮਾਸ਼ਾਅੱਲਾ, ਫਿਰ ਉਹ ਸਨ ਮੰਗ ਕੇ ਲੈ ਆ, ਅੱਲਾ ਦਾ ਬੜਾ ਕਰਮ ਹੈ, ਉਹਨੇ ਉਹ ਰੱਬ ਦੀ ਜ਼ਾਤ ਹੈ ਨਾ ਜੀ ਦੇਣ ਵਾਲੀ ਜੀ, ਬਿਲਕੁਲ ਜੀ, ਮਾਸ਼ਾਅੱਲਾ ਜੀ, ਬਿਲਕੁਲ, ਨਾ ਸਿਰਫ ਜਿਵੇਂ ਹੁਸਨੇ ਉਹਦੇ ਚ ਦੌੜ ਜਿਸ ਟਾਈਮ ਉਹਦੇ ਟੋਰ, ਠੀਕ ਹੈ, ਉਹਦੇ ਬੈਠਿਆ ਬੰਦਾ ਉਹ ਜੀ ਪਿਆ ਵੱਖਰਾ ਹੀ ਲੱਗਦਾ, ਮਾਸ਼ਾਅੱਲਾ ਜੀ। ਲੋ ਜੀ ਇਹ ਭਾਈ ਨਮਾਨ, ਹੁਣ ਬਿਸਮਿਲਲਾ ਪੜੋ ਜਨਾਬ, ਘੋੜਾ ਚਾਰ ਕਲਿਆਣ ਜਿਹੜਾ ਨਾ ਇਹ ਕਿਸੇ ਭਰਾ ਨੂੰ ਪਸੰਦ ਆਵੇ ਤੇ ਲਾਲੇ ਦੀ ਜਾਨ, ਹੁਣ ਜਿਸ ਵੇਲੇ ਘੋੜੇ ਦੀ ਤਸੱਲੀ ਕਰਾਈ ਹੈ ਨਾ ਭਰਾ ਵੀਡੀਓ ਵੇਖਣ ਤੇ ਜਿਸ ਵੇਲੇ ਮੂਲ ਤੇ ਜਾਣ ਨਾ ਉਸ ਵੇਲੇ ਵੀ ਜਨਾਬ ਉਹਨਾਂ ਨੂੰ ਚਾਸ ਆਵੇ ਜਿਸ ਤਰ੍ਹਾਂ ਵੀਡੀਓ ਵੇਖੀ ਹੈ ਨਾ ਇਸੇ ਤਰ੍ਹਾਂ ਮੁੱਲ ਸੁਣ ਕੇ ਵੀ ਕਿੰਨੇ ਦੇ ਜਨਾਬ ਨੇ ਘੋੜਾ ਦੇ ਸਨ ਭਾਈ ਸ਼ਾਨ ਜੀ। ਗੱਲ ਤੇ ਫਿਰ ਉਹ ਸਾਰਿਆਂ ਬੰਦਿਆਂ ਲਈ ਆ ਜਾਂਦੀ ਹੈ ਕਿ ਗੱਲ ਅਨੌਖੀ ਹੋ ਜਾਂਦੀ ਹੈ ਜੀ, ਬਿਲਕੁਲ, ਮੈਨੂੰ ਹਾਸਾ ਇਸ ਗੱਲ ਨੂੰ ਆਉਂਦਾ ਪਿਆ ਕਿ ਭਾਈ ਨਾ ਜਿਸ ਟਾਈਮ ਅਸੀਂ ਲੈਣ ਜਾਂਦੇ ਹਾਂ ਨਾ ਚੀਜ਼, ਠੀਕ ਹੈ, ਉਸ ਟਾਈਮ ਕੰਮ ਕੁਝ ਹੋਰ ਹੀ ਹੁੰਦਾ ਵੇ ਜੀ, ਠੀਕ ਹੈ, ਉਸ ਟਾਈਮ ਸਾਡੀਆਂ ਅੜੀਆਂ ਵੀ ਹੁੰਦੀਆਂ ਨੇ, ਫਸੀਆਂ ਵੀ ਹੁੰਦੀਆਂ ਨੇ ਤੇ ਸਨੱਪ ਦੇ ਵੀ ਰੁਪਈਏ ਹੀ ਹੁੰਦੇ ਨੇ ਜੀ, ਬਿਲਕੁਲ ਜਨਾਬ, ਤੇ ਇਨਸ਼ਾਅੱਲਾ ਤਾਲਾ ਜਿਹੜਾ ਅਸੀਂ ਰੇਟ ਲਾਵਾਂਗੇ ਨਾ, ਠੀਕ ਹੈ, ਉਹ ਫਿਰ ਵਾਰ ਵਾਰ ਆਪਣੇ ਮੂੰਹ ਤਾਰੀਫ ਕਰਨ ਵਾਲੀ ਗੱਲ ਹੋ ਜਾਂਦੀ ਹੈ ਜੀ, ਬਿਲਕੁਲ, ਗੱਲ ਉਹ ਹੁੰਦੀ ਹੈ ਕਿ ਜਿਹੜੀ ਕੋਈ ਬੰਦਾ ਤਾਰੀਫ ਕਰੇ, ਤੀਸਰਾ ਬੰਦਾ ਕਰੇ, ਵੈਰੀ ਗੁੱਡ, ਆਪਣੇ ਮੂੰਹ ਸਿਰ ਕੀ ਗੱਲ ਕਰਨੀ ਹੈ ਜੀ, ਬਿਲਕੁਲ ਜਨਾਬ। ਲੋ ਜੀ ਭਾਈ ਨਮਾਨ, ਹੁਣ ਬਿਸਮਿਲਲਾ ਪੜੋ ਜਨਾਬ, ਇਹ ਕਿੰਨੇ ਦਾ ਘੋੜਾ ਜਿਹੜਾ ਨਾ ਤੁਸੀਂ ਦੇ ਸਕਣਾ ਹੈ ਭਾਈ? ਫਾਈਨਲੀ ਵਾਰ ਵਾਰ ਉਹੀ ਗੱਲ ਪਿਆ ਕਰਨਾ ਵਾ ਕਿ ਭਾਈ ਨਾ ਉਹ ਬੰਦੇ ਹਾਰ ਗੱਲਾਂ ਕਰੀਏ ਨਾ, ਪਿਛਲੀ ਵਾਰੀ ਕੀਤਾ ਸੀ ਤੇ ਨਾ ਹੁਣ ਕਰਨਾ, ਵੈਰੀ ਗੁੱਡ ਜਨਾਬ। ਭਾਜੀ ਜਿਹੜਾ ਇਹਦਾ ਕੋਈ ਜਾਇਜ਼ ਜਾਇਜ਼ ਮੁੱਲ ਹੋਏਗਾ ਨਾ ਇਨਸ਼ਾਅੱਲਾ ਤਾਲਾ, ਠੀਕ ਹੈ, ਮੰਗਣਾ ਵੇ ਤੇ ਲੈਣਾ ਵੀ ਉਹੀ ਹੈ ਜੀ, ਠੀਕ ਹੈ। ਇਹ 4,80,000 ਰੁਪਇਆ ਜਿਸ ਭਰਾ ਨੂੰ ਪਸੰਦ ਆਵੇ, 4,80,000 ਰੁਪਏ ਦਾ ਜਨਾਬ ਇਹ ਘੋੜਾ ਵੀ ਵੇਖ ਲੈਣਾ, ਔਰ ਭਾਈ ਨਮਾਨ ਦਾ ਮੁੱਲ ਜਿਹੜਾ ਨਾ ਇਹ ਵੀ ਵੇਖ ਲੈਣਾ ਜਨਾਬ, 4 ਕਲਿਆਣ ਘੋੜਾ ਰੰਗ ਹਾਈਟ ਵੇਲ ਮੁਕੰਮਲ ਜਿਹੜਾ ਨਾ ਘੋੜੇ ਦੀ ਭਰਾਵਾਂ ਨੇ ਚੈੱਕ ਕਰਨੀ ਹੈ, ਔਰ 4,80,000 ਰੁਪਏ ਦਾ ਇਹ ਜਿਸ ਭਰਾ ਨੂੰ ਪਸੰਦ ਆਵੇ ਦੇ ਸਕਣਾ, ਤੇ ਆਏ ਬੰਦੇ ਦੀ ਕਦਰ ਜਿਹੜੀ ਹੈ ਨਾ ਉਹ ਜ਼ਰੂਰ ਹੋਵੇਗੀ ਭਾਈ ਸ਼ਾਨ ਜੀ। ਤੁਹਾਡੇ ਜਿਹੜੇ ਬੰਦੇ ਨੇ ਨਾ ਉਹ ਬੜੇ ਖਾਸ ਖਾਸ ਨੇ ਸਾਰੇ ਜੀ, ਬਿਲਕੁਲ, ਇਨਸ਼ਾਅੱਲਾ ਖਾਸ ਬੰਦਿਆਂ ਦੀ ਕਦਰ ਵੀ ਖਾਸ ਹੀ, ਵੈਰੀ ਗੁੱਡ ਜਨਾਬ, ਕਦਰ ਜਿਹੜੀ ਹੈ ਨਾ ਜ਼ਰੂਰ ਹੋਵੇਗੀ, ਪਿਆਰ ਮੁਹੱਬਤ ਜਿਹੜਾ ਨਾ ਇਹ ਜ਼ਰੂਰ ਹੋਵੇਗਾ। ਲੋ ਜੀ ਬੰਨ ਕੇ ਜਿਹੜਾ ਨਾ ਅੱਗੇ ਲਿਆਓ ਜਨਾਬ, ਘੋੜੀ ਦੇ ਵਛੇਰੀ ਜਿਹੜੀ ਹੈ ਨਾ ਉਹਦੇ ਵਿੱਚ ਤਸੱਲੀ ਇੱਕ ਵਾਰੀ ਬਲਾਲ ਕਰਾਏ ਜਨਾਬ, ਜ਼ਿਲ੍ਹਾ ਤਹਿਸੀਲ ਗੁਜਰਾਤ ਔਰ ਮਹੱਲਾ ਜਨਾਬ ਇਹਨਾਂ ਦਾ ਬੇਰੀਆਂ ਵਾਲਾ ਖੂਹ ਜਿਹੜਾ ਹੈ ਨਾ ਸ਼ਾਹ ਦੌਲਾ ਦਰਬਾਰ ਦੇ ਨਾਲ ਅੱਗੇ 1 ਜਾਂ 1.5 ਕਿਲੋਮੀਟਰ ਤੋਂ ਬਾਅਦ ਜਿਹੜਾ ਨਾ ਇਹਨਾਂ ਦਾ ਜਨਾਬ ਮਹੱਲਾ ਹੁੰਦਾ। ਲੋ ਜੀ ਅੱਗੇ ਜਨਾਬ ਆ ਗਈ ਘੋੜੀ ਤੇ ਵਛੇਰੀ ਜਿਹੜਾ ਨਾ, ਔਰ ਘੋੜੀ ਫਿਰ ਭਾਈ ਨਮਾਨ 5 ਕਲਿਆਣ ਜਿਹੜਾ ਨਾ, ਬਿਲਕੁਲ 5 ਕਲਿਆਣ ਹੈ ਜੀ, ਇਹਦਾ ਪੈਰ ਵੇਖਿਆ ਜੇ ਤੁਸੀਂ, ਪੰਜਵਾਂ ਚੌਥਾ ਜਿਹੜਾ ਵੀ ਉਹ ਵੀ ਤੁਚੇ ਆ, ਇਹ ਜਵਾਬ ਹੈ ਨਾ
ਲਾਸਟ ਟਾਈਮ ਤੁਸੀਂ ਜਦੋਂ ਵੀਡੀਓ ਬਣਾਈ ਹੈ ਸੂਈ ਸੀ ਉਹਦੇ ਇਸੇ ਘੋੜੀ ਦੀ ਹੈ ਇਸੇ ਘੋੜੀ ਦੀ ਮਾਸ਼ਾਅੱਲਾ ਜੀ ਘੋੜੀ ਪਾਣੀ ਕਲਿਆਣ ਔਰ ਬਰੀਡ ਵਾਲੀ ਜਿਹੜਾ ਬਰੀਡ ਵਾਲੀ ਵੈਰੀ ਗੁੱਡ ਜੀ ਜਿਹੜਾ ਵੀ ਭਰਾ ਬਰੀਡ ਦੇ ਕੰਮ ਕਰਦਾ ਨਾ ਇਹ ਘੋੜੀ ਜਨਾਬ ਲੈ ਜਾਏਗਾ ਯਾਦ ਕਰੇਗਾ ਇਹ ਪਤਾ ਜੇ ਪਿਛਲੀ ਵਾਰੀ ਕਾਫੀ ਕਮਜ਼ੋਰ ਹੋਈ ਸੀ ਜੀ ਬਿਲਕੁਲ ਜਦੋਂ ਸੂਈ ਹੈ ਸਾਡੇ ਕੋਲ ਤਿਆਰ ਕਰਕੇ ਲਿਆ ਘੋੜੀ ਵੀ ਇੱਕ ਵਾਰੀ ਬਾਹਰ ਜਿਹੜਾ ਨਾ ਲੋ ਜੀ ਅੱਗੇ ਆ ਕੇ ਜਨਾਬ ਘੋੜੀ ਤੇ ਵਛੇਰੀ ਜਿਹੜੀ ਹੈ ਨਾ ਫਿਰ ਘੋੜੀ ਵੀ ਭਰਾਵਾਂ ਨੇ ਵੇਖ ਲੈਣੀ ਹੈ ਔਰ ਵਛੇਰੀ ਵੀ ਜਿਹੜਾ ਹੈ ਨਾ ਇਹ ਵੀ ਭਰਾਵਾਂ ਨੇ ਚੈੱਕ ਕਰਨੀ ਹੈ ਫਿਰ ਕੀ ਇਹਦੀ ਨਿਸ਼ਾਨੀ ਹੈ ਭਾਈ ਜਿਹੜਾ ਨਾ ਘੋੜੀ ਦੇ ਮਗਰ ਵਛੇਰੀ ਜਿਹੜਾ ਨਾ ਇਹ ਕਿੰਨੇ ਚਿਰ ਬਾਅਦ ਲਾਂਦੇ ਨੇ ਜਿਹੜਾ ਇਹ ਲਾਤ ਜਲਦੀ ਛੱਡਦੇ ਨੇ ਪਰ ਸਾਡੀਆਂ ਜਿਹੜੀਆਂ ਨੇ ਨਾਲ ਇਹਨਾਂ ਦੀਆਂ ਮੁਹੱਬਤਾਂ ਉਹ ਨੀ ਕਿਸੇ ਪਾਸੇ ਖਲੋਂਦੀਆਂ ਲਾਈ ਨੀ ਨਾਲੂ ਲੇਕਿਨ ਲੈਂਦੇ ਕਿਹੜਾ ਟਾਈਮ ਲੱਗਦਾ ਵੀ ਦੋ ਦਿਨ ਸਾਡੇ ਕਰੀਏ ਤੇ ਲੈ ਜਾਂਦੀ ਲੈ ਜਾਂਦੀ ਹੈ ਠੀਕ ਹੈ ਨਾ ਲੇਕਿਨ ਵੈਸੇ ਤੁਸੀਂ ਆਈਏ ਰੱਖੇ ਇਕੱਠੇ ਜਿਹੜਾ ਨਾ ਇਕੱਠੇ ਵੱਜੇ ਹੁੰਦੇ ਨੇ ਕਰਦੇ ਨੇ ਨਾ ਫਿਰ ਜੀ ਬਿਲਕੁਲ ਜੀ ਮਾਸ਼ਾਅੱਲਾ ਜੀ ਘੋੜੀ ਜਿਹੜੀ ਹੈ ਨਾ ਜੀ ਇਹ ਮੂੰਹ ਚੁੱਕੀ ਹੈ ਜੇ ਘੋੜੀ ਇਹ ਛੇ ਦੰਦ ਪੂਰੀ ਜੇ ਮੂੰਹ ਚੋਂ ਛੇ ਦੰਦ ਲੈ ਜੀ ਠੀਕ ਹੋ ਗਿਆ ਭਾਈ ਨਮਾਨ ਹਾਈਟ ਕਿੰਨੀ ਹੈ ਘੋੜੇ ਦੀ ਇਹ 59 ਇੰਚ ਪੂਰੀ ਹੈ ਜਿਹੜੇ ਭਰਾ ਦਾ ਦਿਲ ਕਰਦਾ ਨਾ ਆ ਕੇ ਠੀਕ ਹੈ ਪੀਤਾ ਮਾਰ ਕੇ ਚੈੱਕ ਕਰ ਸਕਦਾ 59 ਇੰਚ ਲੋ ਜੀ ਘੋੜੀ ਦੀ ਹਾਈਟ 59 ਇੰਚ ਹੈ ਔਰ ਘੋੜੇ ਦੀ ਕਿੰਨੀ ਜੇ ਘੋੜੇ ਦੀ ਪੂਰੀ 60 ਇੰਚ ਜਿਹੜੇ ਭਰਾ ਦਾ ਦਿਲ ਮੰਨਦਾ ਉਹ ਵੀ ਆ ਕੇ ਚੈੱਕ ਕਰ ਵੈਰੀ ਗੁੱਡ ਜਨਾਬ ਘੋੜੇ ਦੀ ਹਾਈਟ 60 ਇੰਚ ਔਰ ਇਹਦੀ 59 ਇੰਚ ਜਿਹੜਾ ਹੈ ਨਾ ਔਰ 13 ਮਹੀਨਿਆਂ ਦੇ ਮਗਰ ਵਿੱਚ ਦੇਖੋ ਪਿੱਛੇ ਮਾਸ਼ਾਅੱਲਾ ਇਹਦਾ ਜਿਹੜਾ ਪਿਓ ਸੀ ਨਾ ਇਹ ਘਰ ਤੁਸੀਂ ਪਿਛਲੀ ਵਾਰੀ ਵੇਖ ਕੇ ਗਏ ਸੀ ਜੀ ਬਿਲਕੁਲ 63 ਇੰਚ ਦੇ ਉੱਤੇ ਘੋੜਾ ਸੀ ਠੀਕ ਹੈ ਠੀਕ ਹੈ ਉਹਦੀਆਂ ਤਸਵੀਰਾਂ ਵੀ ਮੇਰੇ ਕੋਲ ਪਈਆਂ ਨੇ ਜਿਹੜੇ ਭਰਾ ਨੇ ਆ ਕੇ ਵੇਖਣੀ ਉਹਨੂੰ ਵੀ ਮੈਂ ਵਿਖਾ ਸਕਦੇ ਹਾਂ ਜੀ ਠੀਕ ਹੋ ਗਿਆ ਦੂਜਾ ਉਹ 13 ਮਹੀਨਿਆਂ ਦੀ ਮਾਸ਼ਾਅੱਲਾ ਮਾਂ ਨੂੰ ਰਲਦੀ ਪਈ ਜੀ ਹੁਣ ਵੇਖ ਲੈਣੀ ਹੈ ਭਰਾਵਾਂ ਦੇ ਸਾਹਮਣੇ ਜਿਹੜਾ ਨਾ ਕਿ ਹਾਈਟ ਤਕਰੀਬਨ ਜਿਹੜਾ ਨਾ ਬਰਾਬਰ ਹੁੰਦੇ ਪਈ ਹੈ ਤੇ ਭਈ ਨਮਾਨ ਇਹ ਕਿੰਨੇ ਚਿਰ ਤੱਕ ਜਿਹੜਾ ਨਾ ਇਹ ਵਛੇਰਾ ਜਾਂ ਵਛੇਰੀ ਹਾਈਟ ਵਧਾਉਂਦੇ ਨੇ ਇਹ ਪਛਾਣ ਦਵਾਕ ਲੱਗਣ ਤੱਕ ਨਾ ਠੀਕ ਹੈ ਤੇ ਬਲਕਿ ਦਵਾਕ ਲੱਗ ਕੇ ਵੀ ਕੁਝ ਜਾਨਵਰ ਜਿਹੜੇ ਨੇ ਵਧਾਉਂਦੇ ਨੇ ਹਾਈਟ ਵਧਾਉਂਦੇ ਨੇ ਜਿਹੜੇ ਹਾਈਟ ਵਧਾਉਂਦੇ ਨੇ ਜੀ ਠੀਕ ਹੋ ਗਿਆ ਜੀ ਦਵਾਕ ਲੱਗਣ ਤੱਕ ਜਿਹੜਾ ਨਾ ਇਹ ਤਕਰੀਬਨ ਹਾਈਟ ਜਿਹੜੀ ਹੈ ਨਾ ਇਹ ਵਧਾਉਂਦੇ ਨੇ ਮਾਸ਼ਾਅੱਲਾ ਜਨਾਬ ਲੋ ਜੀ ਇੱਕ ਵਾਰੀ ਜਿਹੜਾ ਨਾ ਫਿਰ ਭਰਾਵਾਂ ਨੇ ਘੋੜੀ ਦਾ ਵੀ ਔਰ ਵਛੇਰੀ ਦਾ ਵੀ ਜਿਹੜਾ ਨਾ ਇਹ ਜੋ ਕਰਨਾ ਤੇ ਘੋੜੀ ਦਾ ਰੰਗ ਕੇ ਜੇ ਇਹ ਅਸਲ ਮੈਂ ਨਾ ਤੁਹਾਨੂੰ ਦੱਸਿਆ ਕਿ ਇੱਕ ਪਹਿਲੀ ਤਾਂ ਗੱਲ ਹੈ ਕਿ ਇਹ ਜਿਹੜਾ ਨਾ ਕਮੈਦ 5 ਕਿਲਿਆਂ ਠੀਕ ਹੈ ਠੀਕ ਹੈ ਇਹ ਉਹਨੂੰ ਅਸੀਂ ਗਿਣਨੇ ਆ ਠੀਕ ਹੋ ਗਿਆ ਤੇ ਹਰ ਬੰਦਾ ਜਿਹੜਾ ਨਾ ਉਹ ਆਪਣੀ ਆਪਣੀ ਰਾਏ ਰੱਖਦਾ ਵੱਖਰੀ ਵੈਰੀ ਗੁੱਡ ਜਨਾਬ ਹਰ ਬੰਦੇ ਦੀ ਇੱਕ ਆਪਣੀ ਆਪਣੀ ਰਾਏ ਵੇ ਠੀਕ ਹੈ ਇਹ ਚੂੰਕਿ ਤੁਹਾਨੂੰ ਪਤਾ ਕਿ ਜ਼ਰਾ ਮੇਰਾ ਇੱਕ ਪੁਰਾਣਾ ਸ਼ੌਕ ਸੀ ਮੇਰੇ ਛੋਟੇ ਭਰਾ ਦਾ ਜੀ ਬਿਲਕੁਲ ਉਹ ਮੈਂ ਆਪਣੇ ਛੋਟੇ ਭਰਾ ਦਾ ਸ਼ੌਕ ਜਿਹੜਾ ਨਾ ਠੀਕ ਹੈ ਉਹ ਪੂਰਾ ਕਰਾਇਆ ਸੀ ਬਹੁਤ ਜ਼ਿਆਦਾ ਜੀ ਠੀਕ ਹੋ ਗਿਆ ਤੇ ਅੱਗੋਂ ਵੀ ਇਨਸ਼ਾਅੱਲਾ ਤਾਲਾ ਹੁੰਦਾ ਜ਼ਰਾ ਬਾਹਰ ਹੁੰਦਾ ਠੀਕ ਹੈ ਉਹ ਫਿਰ ਤਾਂ ਮਾਰਿਆ ਕਰਕੇ ਜਿਸ ਟਾਈਮ ਇੱਥੇ ਆਉਂਦਾ ਤੇ ਉਹ ਸ਼ੌਕ ਆਪਣਾ ਪੂਰਾ ਕਰਦਾ ਵੈਰੀ ਗੁੱਡ ਜਨਾਬ ਤੇ ਇਹ ਵਛੇਰੀ ਦਾ ਕਮੈਦ ਹੈ ਨਾ ਰੰਗ ਜਾ ਇਹ ਕਮੈਦ ਹੈ ਨਾ ਕੁਝ ਬੰਦੇ ਇਹਨਾਂ ਨੂੰ ਸ਼ਾਹ ਕੰਡੀ ਕਮੈਦ ਵੀ ਕਹਿੰਦੇ ਨੇ ਸ਼ਾਹ ਕੰਡੀ ਕਮੈਦ ਜਿਹੜਾ ਤੇ ਕੁਝ ਕਮੈਦ ਵੀ ਕਰਦੇ ਨੇ ਜੀ ਠੀਕ ਹੋ ਗਿਆ ਜੀ ਮਜ਼ੀਦ ਜਿਹੜੇ ਭਰਾ ਵੇਖਦੇ ਨੇ ਨਾ ਵੀਡੀਓ ਕੰਨ ਵੇਖੇ ਜੇ ਇਹਨਾਂ ਦੇ ਜਿਹਨਾਂ ਕੋਲ ਛੋਟੇ ਛੋਟੇ ਕੰਨ ਮਛੇਰੀ ਦੇ ਔਰ ਹਾਈਟ ਅਜੇ 56-57 ਹੈ ਇਸ ਟਾਈਮ 13 ਮਹੀਨੇ 13 ਮਹੀਨੇ ਹੱਤੇ ਜੀ ਬਿਲਕੁਲ ਜੀ ਇਹ ਬਾਕੀ ਰੱਬ ਸੋਹਣੇ ਦੇ ਰਜ਼ਾ ਹੋਵੇ ਜੀ ਤੇ ਇਨਸ਼ਾਅੱਲਾ ਤਾਲਾ ਇਹ ਵੀ ਕੋਈ ਘੋੜੀ ਕਮਜ਼ੋਰ ਬੜੀ ਹੋ ਗਈ ਸੀ ਅੱਗੋਂ ਬਰੀਡ ਇਹਦੀ ਨਹੀਂ ਕਰਾਈ ਇਹਨਾਂ ਨਾਲ ਦਿਲ ਨਹੀਂ ਸੀ ਮੰਨਿਆ ਠੀਕ ਹੈ ਘੋੜੀ ਜਿਹੜੀ ਹੈ ਫਿੱਟ ਹੈ ਨਾ ਬਿਲਕੁਲ ਬਲਕਿ ਮੈਡੀਕਲੀ ਅਸੀਂ ਡਾਕਟਰ ਦਾ ਪਾਸ ਕਰਾ ਕੇ ਵੀ ਦੇ ਸਕਦੇ ਹਾਂ ਜਿਹੜੇ ਭਰਾ ਨੂੰ ਪਸੰਦ ਹੋਵੇ ਜੀ ਠੀਕ ਹੋ ਗਿਆ ਕਨਫਰਮ ਬਰੀਡਰ ਕਿਉਂਕਿ ਮੇਰੇ ਘਰ ਦਾ ਸੂਆ ਮੇਰੇ ਕੋਲ ਮੌਜੂਦ ਹੈ ਜੀ ਬਿਲਕੁਲ ਉਹਦਾ ਲਾਇਸੈਂਸ ਮਗਰ ਹੈ ਨਾ ਉਹ ਸਾਹਮਣੇ ਫਿਰਦਾ ਹੋਇਆ ਜਿਹੜਾ ਨਾ ਕਿਉਂਕਿ 13 ਮਹੀਨਿਆਂ ਦੀ ਮਗਰ ਇਹਦੇ ਜਿਹੜਾ ਨਾ ਇਹ ਵਛੇਰੀ ਨੂੰ ਜੀ ਭਾਈ ਨਮਾਨ ਹੁਣ ਘੋੜੀ ਜਨਾਬ 5 ਕਲਿਆਣ ਔਰ 9 ਇੰਚ ਜਿਹੜਾ ਨਾ ਹਾਈਟ ਇਹ ਘੋੜੀ ਕਿਸੇ ਭਰਾ ਨੂੰ ਪਸੰਦ ਆਵੇ ਨਾ ਇਹ ਲੱਲੇ ਦੀ ਜਾਨ ਕਿੰਨੇ ਦੀ ਜਨਾਬ ਨੇ ਘੋੜੀ ਦੇ ਸੜਨੀ ਹੈ ਮੈਂ ਨਾ ਅੱਜ
ਨੀਅਤ ਕਰਕੇ ਉੱਠਿਆ ਸਾਂ ਕਿ ਜਿਹੜੀ ਦੇਣੇ ਨੇ ਨਾ ਜਾਨਵਰ ਇਹ ਦੇ ਛੱਡਣੇ ਨੇ, ਇਹ ਗਿਫਟ ਕਰਕੇ ਦੇਣੇ ਨੇ, ਦੇ ਛੱਡਣੇ ਨੇ, ਠੀਕ ਹੈ, ਇਹਨਾਂ ਨੂੰ ਰੱਖਣਾ ਕੋਈ ਨਹੀਂ ਜੀ, ਠੀਕ ਹੈ, ਉਹਨੂੰ ਵਜ੍ਹਾ ਪਤਾ ਕੀ ਹੈ ਕਿ ਇਹ ਛੋਟਾ ਗਿਆ ਟੋਰ, ਠੀਕ ਹੈ, ਤੇ ਪਿੱਛੋਂ ਮੈਂ ਜਿਹੜਾ ਨਾ ਇਹ ਬਿਲਕੁਲ ਸਾਡਾ ਜਿਹੜਾ ਮਾਲਦਾਰੀ ਦਾ ਹਿਸਾਬ ਹੋ ਸਕਦਾ, ਵੈਰੀ ਗੁੱਡ, ਕਿਉਂਕਿ ਭੱਜੇ ਨੇ ਜਿਹੜਾ ਨਾ ਦੂਜੇ ਡੰਗਰਾਂ ਦਾ ਜਿਹੜਾ ਕੰਮ ਹੈ ਜ਼ਿਆਦਾ, ਇਹ ਆਖਰ ਫਿਰ ਜਿਹੜਾ ਬੰਦਾ ਸ਼ੌਕ ਰੱਖਦਾ ਹੈ ਨਾ ਘੋੜੀ ਜਿਸ ਭਰਾ ਨੂੰ ਪਸੰਦ ਆਵੇ ਘੋੜੀ ਵੀ ਵੇਖਣੀ ਹੈ, ਔਰ ਭਾਈ ਨਮਾਨ ਦਾ ਜਿਹੜਾ ਮੁੱਲ ਹੈ ਨਾ ਇਹ ਵੀ ਭਰਾਵਾਂ ਨੇ ਵੇਖਣਾ ਲੋ ਜੀ। ਇਹ ਦੋ ਦੇ ਹੋ ਗਏ ਨੇ ਭਾਈ ਨਮਾਨ ਮੁਕੰਮਲ, ਅੱਗੇ ਆ ਗਈ ਜਨਾਬ ਵਛੇਰੀ, ਔਰ ਜਨਾਬ ਵਛੇਰੀ ਹੁਣ ਕਿਸੇ ਭਰਾ ਨੂੰ ਪਸੰਦ ਆਵੇ ਨਾ, ਚਲੋ ਇਹਦਾ ਤੇ ਕੱਲੀ ਦਾ ਗਿਆ ਮੁੱਲ ਅਲੱਗ, ਜੇ ਕੋਈ ਜੋੜਾ ਲੈਣਾ ਚਾਹੇ ਇਕੱਠੀਆਂ ਮਾਵਾਂ ਧੀਵਾਂ ਤਾਂ ਵੀ ਹਾਜ਼ਰ ਆ, ਤੇ ਜੇਕਰ ਕੱਲੀ ਕੱਲੀ ਲੈਣਾ ਚਾਹੇ ਨਾ, ਹੁਣ ਇਹ ਗੱਲ ਸੁਣਾਓ ਜਨਾਬ ਵਛੇਰੀ ਜਿਹੜੀ ਹੈ ਨਾ ਇਹ ਕਿੰਨੇ ਦੀ ਜਨਾਬ ਨੇ ਦੇ ਸਕਣੀ ਹੈ? ਪਛਾਣ ਵਛੇਰੀ ਜਿਹੜੀ ਹੈ ਨਾ, ਪਹਿਲੇ ਤਾਂ ਗੱਲ ਮੈਂ ਨਾ ਦੇਣ ਦੇ ਹੱਥ ਵਿੱਚ ਨਹੀਂ ਸੀ, ਠੀਕ ਹੈ, ਠੀਕ ਹੈ, ਫਿਰ ਅੱਗੋਂ ਸੋਚਿਆ ਕਿ ਬਾਈ ਇੱਕ ਦਾ ਵੀ ਓਨਾ ਹੀ ਸਿਆਪਾ ਵੇ ਜੀ, ਬਿਲਕੁਲ, ਚੌਂ ਦਾ ਵੀ ਓਨਾ ਹੀ ਕੰਮ ਹੈ, ਓਨਾ ਹੀ ਹੈ ਜਿਹੜਾ, ਠੀਕ ਹੈ, ਤੇ ਸਾਡਾ ਜਿਹੜਾ ਮਾਲਦਾਰੀ ਦਾ ਸਿਸਟਮ ਜਿਹੜਾ ਹੋਰ ਤਰ੍ਹਾਂ ਦਾ ਵੇ ਜੀ, ਬਿਲਕੁਲ, ਇਹਨੂੰ ਅਸੀਂ ਤਾਂ ਹੀ ਮੈਂ ਨਾ ਮੈਂ ਕਿਹਾ ਚਲੋ ਇਹਨੂੰ ਵੀ ਨਾਲ ਹੀ ਦੇ ਛੜੀਏ, ਠੀਕ ਹੋ ਗਿਆ ਜਨਾਬ। ਇਹ ਕਿੰਨੇ ਦੇ ਤੁਸੀਂ ਜਿਹੜਾ ਨਾ ਵਛੇਰੀ ਦੇ ਸਕਦੇ? ਪਛਾਣ ਇਹ ਘੋੜ ਇਹ ਵਛੇਰੀ ਜਿਹੜੀ ਹੈ ਨਾ ਇਹ ਇਨਸ਼ਾਅੱਲਾ ਤਾਲਾ 4,00,000 ਮਾਸ਼ਾਅੱਲਾ ਦੇ। ਫਿਰ ਨਸਲ ਜਿਹੜੀ ਹੈ ਨਾ ਉਹ ਭਰਾਵਾਂ ਨੇ ਆਪ ਇਹਨਾਂ ਦੀ ਜਨਾਬ ਚੈੱਕ ਕਰ ਲੈਣੀ ਹੈ। ਲੋ ਜੀ ਇਹ ਭਾਈ ਨਮਾਨ ਅੱਜ ਦੇ ਵੀਡੀਓ ਦੇ ਵਿੱਚ ਇਹ ਹੀ ਨੇ ਨਾ 3 ਜਾਨਵਰ ਜੀ, ਇਹ ਚੱਲੇ ਇਹ 3 ਵਹਾਸੜੇ ਨੇ। ਭਾਈ ਨਮਾਨ ਪਿਛਲੀ ਵੀਡੀਓ ਦੇ ਵਿੱਚ ਨਾ ਇੱਕ ਨੁਕਰਾ ਘੋੜਾ ਲਾਇਆ ਸੀ ਜਨਾਬ ਦੇ ਕੋਲੇ, ਜਿਹੜਾ ਨਾ ਉਹ ਨੁਕਰਾ ਘੋੜਾ ਜਿਹੜਾ ਨੇ ਕਿਹੜੀ ਜਗ੍ਹਾ ਤੇ ਗਿਆ ਜੇ? ਪਛਾਣ ਨੂੰ ਤੁਹਾਡੇ ਬੜੇ ਪਿਆਰ ਵਾਲੇ ਜੁਗਾਨ ਸਨ, ਠੀਕ ਹੈ, ਉਹ ਚਕਵਾਲ ਦੇ ਸਨ ਜੀ, ਤੇ ਸਾਦਾਤ ਬ੍ਰਦਰ ਜਿਹੜੇ ਸਨ ਉਹ ਸਨ, ਠੀਕ ਹੈ, ਉਹਨਾਂ ਦੇ ਕੋਈ ਆਪਣਾ ਜਿਹੜੀ ਹੈ ਨਾ ਮਾਮ ਬਾਰਗਾਹ ਦੇ ਵਾਸਤੇ, ਠੀਕ ਹੈ, ਉਹਨਾਂ ਨੇ ਇਸਤੇਮਾਲ ਕਰਨਾ ਸੀ ਉਹਨੂੰ ਜੀ, ਠੀਕ ਹੈ, ਉਹ ਲੈ ਕੇ ਗਏ ਸਨ ਤੇ ਬੜਾ ਤੁਹਾਨੂੰ ਮੁਹੱਬਤ ਦਾ ਸਲਾਮ ਵੀ ਪੇਸ਼ ਕਰਦੇ ਸਨ। ਵੈਰੀ ਗੁੱਡ ਜਨਾਬ। ਇਹ ਚਕਵਾਲ ਗਿਆ ਸੀ, ਇਹ ਚਕਵਾਲ ਗਿਆ ਸੀ। ਇਹ ਇੱਕ ਗੱਲ ਦੀ ਵਜ਼ਾਹਤ ਕਰਨੀ ਹੈ ਭਾਈ ਨਮਾਨ, ਉਹ ਨੁਕਰਾ ਘੋੜਾ ਜਿਹੜਾ ਨਾ ਕਿੰਨੇ ਦਾ ਜਨਾਬ ਨੇ ਦਿੱਤਾ ਸੀ ਉਹਨਾਂ ਨੂੰ? ਇਹ ਭਾਜੀ 12,50,000 ਰੁਪਏ ਦਾ ਲਿਆ। 12,50,000 ਜੀ, 12,50,000 ਜੀ, ਠੀਕ ਹੋ ਗਿਆ। ਲੋ ਜੀ ਜਨਾਬ, ਅੱਜ ਦੇ ਵੀਡੀਓ ਦੇ ਵਿੱਚ ਜਿਹੜਾ ਨਾ ਇਹ 3 ਜਾਨਵਰ, ਇੱਕ ਘੋੜਾ, ਘੋੜੀ ਤੇ ਵਛੇਰੀ, ਇਹ ਜਨਾਬ ਵਹਾ ਛੜੇ ਨੇ। ਮੁੱਲ ਜਿਹੜਾ ਨਾ ਇਹ ਲਾ ਛੜਿਆ ਤੇ ਨੰਬਰ ਜਨਾਬ ਨੇ ਬੋਲ ਛੜਿਆ ਸਕਰੀਨ ਤੇ, ਜਿਹੜਾ ਨਾ ਇਹ ਲੱਗ ਜਾਣਾ। ਜਿਹੜਾ ਜਿਹੜਾ ਕਿਸੇ ਭਰਾ ਨੂੰ ਪਸੰਦ ਆਵੇ ਨਾ ਭਾਈ ਨਮਾਨ ਨਾਲ ਜਨਾਬ ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਨਾ ਇਹ ਤੁਸੀਂ ਫੈਨਕ ਕਰ ਲੈਣਾ ਤੇ ਬਾਕੀ ਅੱਲਾ ਪਾਕ ਰੱਖੇ ਖੈਰ। ਔਰ ਦੁਆਵਾਂ ਚ ਜਿਹੜਾ ਨਾ ਇਹ ਯਾਦ ਰੱਖਣਾ, ਇਸੇ ਵੀਡੀਓ ਦੇ ਨਾਲ ਦਿਓ ਇਜਾਜ਼ਤ। ਇਨਸ਼ਾਅੱਲਾ ਅਗਲੇ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਵਾਂਗੇ। ਭਾਈ ਨਮਾਨ ਇਹ ਨਾਰਾ ਮਾਰਨਾ ਜਨਾਬ, ਪਾਕਿਸਤਾਨ ਜ਼ਿੰਦਾਬਾਦ, ਪਾਕ ਫੌਜ ਜ਼ਿੰਦਾਬਾਦ।